ਨਿਰਦੇਸ਼ਕ ਜੀ, ਹੈਡਮਾਸਟਰ ਜੀ, ਸਾਰੇ ਮਾਸਟਰ ਮਾਸਟਰਨੀ ਔਰ ਮੇਰੇ ਭੈਣ ਭਾਈ ਹੋ, ਸਾਰੇ ਨੇ ਮੇਰੀ ਹੱਥ ਜੋੜ ਕੇ ਰਾਮ ਰਾਮ। ਆਜ ਮੈਂ ਹਰਿਆਣਾ ਦਿਵਸ ਕੇ ਇਸ ਮੌਕੇ ਪਰ ਥਾਮ ਸਾਰਿਆਂ ਨੇ ਕੁਛ ਬਤਾਉਣਾ ਚਾਹੁੰਦਾ ਹਾਂ। ਭਾਈ ਹੋ, ਆਪਣੇ ਹਰਿਆਣੇ ਕਾ ਜਨਮ 1 ਨਵੰਬਰ 1966 ਨੂੰ ਹੋਇਆ ਥਾ। ਇਸਕੇ ਬਾਪ ਕਾ ਨਾਮ ਭਾਰਤ ਔਰ ਮਾਂ ਕਾ ਨਾਮ ਦਿੱਲੀ ਦੇਵੀ ਸੀ। ਯੂ ਭਾਰਤ ਕਾ ਸਤਰਵਾਂ ਛੋਰਾ ਥਾ ਭਾਈ ਹੋ, ਇਹ ਭਾਈ ਹੋ ਪੂਰਾ 51 ਸਾਲ ਕਾ ਹੋ ਗਿਆ। ਇਹ ਇਸਕਾ 10ਵਾਂ ਮੁਖੀਆ ਮਨੋਹਰ ਲਾਲ ਖੱਟਰ ਸੈ। ਕੁਛ ਖਾਸ ਬਾਤ, ਆਪਣੇ ਦਾਦੇ ਹਰਿਆਣੇ ਨੇ ਫੁੱਲਾਂ ਮੈਂ ਕਮਲ, ਪੇੜ ਪਿੱਪਲ, ਪਕਸ਼ੀ ਕਾਲਾ ਤਿੱਤਰ, ਪਸ਼ੂ ਨੀਲ ਗਾਏ ਬਹੁਤੇ ਗਣੀ ਪਸੰਦ ਸੈ। ਹਰਿਆਣਾ ਦੇਸ਼ ਕਾ ਪਹਿਲਾ ਕੁਣਬਸ ਹੈ, ਜਿਸਕਾ ਦੌਰਾ 1970 ਮੈਂ ਬਿਜਲੀ ਆਏਗੀ ਥੀ। ਨਿਊ ਤੋ ਯੂ ਬਹੁਤੇ ਪਹਿਲਾਂ ਪੈਦਾ ਹੋ ਗਿਆ ਥਾ, ਪਰ ਇਸਕੇ ਮਾਂ ਬਾਪ ਇਸਕੀ ਡੇਟ ਆਫ ਬਰਥੇ ਭੁੱਲ ਗਏ। ਤੋ 1 ਨਵੰਬਰ 1966 ਨੇ ਜਦ ਆਪਣੇ ਵੱਡੇ ਭਾਈ ਪੰਜਾਬ ਤੇ ਨਿਆਰਾ ਹੋਇਆ, ਤੋ ਇਸਕੇ ਮਾਂ ਬਾਪ ਨੇ ਇਸਕੀ ਯਾਏ ਡੇਟ ਆਫ ਬਰਥ ਬਣਵਾਏ ਦੀ। ਅੱਜ ਧਾਮ ਸਾਰੀ ਇਸਕਾ ਬਰਥਡੇ 1 ਨਵੰਬਰ ਨੇ ਮਨਾਵਾ ਸਾਂ। ਆਪਣੇ ਵੱਡੇ ਭਾਈ ਪੰਜਾਬ ਤੇ ਨਿਆਰਾ ਹੋਏ ਪੰਜ ਹੈ, ਇਸਕੇ 7 ਛੋਰੇ ਥੇ। ਅਰੇ ਵੇ ਜਮਾਟੇ ਗੱਟੇ 22 ਛੋਰੇ ਹੋ ਰਹੇ ਸੈ, ਜੁਣਸੇ ਸੈ ਭਿਵਾਨੀ, ਸਿਰਸਾ, ਇਸਾਰ, ਫਰੀਦਾਬਾਦ, ਫਤਿਹਾਬਾਦ, ਜੀਂਦ, ਰੋਹਤਕ, ਅੰਬਾਲਾ, ਪੰਚਕੂਲਾ, ਕੁਰਛੇਤਰ, ਕਰਨਾਲ, ਕੈਥਲ, ਜੱਜਰ, ਮਹਿੰਦਰਗੜ੍ਹ, ਰਿਵਾੜੀ, ਪਲਵਲ, ਸੋਨੀਪਤ, ਪਾਣੀਪਤ, ਯਮੁਨਾਨਗਰ, ਗੁੜਗਾਉਂ, ਮੇਵਾਤ ਔਰ ਚਰਖੀ ਦਾਦਰੀ। ਇਸ ਮਾ ਸਿਰਸਾ ਸਭ ਤੋਂ ਵੱਡਾ ਬੇਟਰ, ਦਾਦਰੀ ਸਭ ਤੋਂ ਛੋਟਾ ਬੇਟਾ ਸੈ। ਭਾਈ ਉਹ ਚੰਡੀਗੜ੍ਹ ਇਸਕੀ ਰਾਜਧਾਨੀ ਸੈ, ਜਮਾ ਕਸੂਤੀ ਗਣੀ ਸੂਤਰੀ ਰਾਜਧਾਨੀ ਲੈ ਰਿਹਾ ਸੈ ਉਹ। ਭਾਈ ਉਹ ਯੂ ਮਰ ਹਰਿਆਣਾ ਕਤੀ ਤਗੜਾ ਇਨਸਾਨ ਕਿਸਾਨ ਸੈ। ਇਸਕਾ ਦੌਰਾ 44,212 ਕਿਲੋਮੀਟਰ ਸਕੁਏਅਰ ਮੈਂ ਫੈਲਿਆ ਏਰੀਆ ਹੈ। ਇਸਕੇ ਅੜੋਸ ਪੜੋਸ ਮੈਂ ਇਸਕੇ ਸੋਤੇਲੇ ਭਾਈ ਔਰ ਚਾਚੇ ਤਾਊ ਰਹਿਣ ਲੈ ਗਰੇ ਸੈ, ਜੁਣਸੇ ਸੈ ਹਿਮਾਚਲ, ਰਾਜਸਥਾਨ, ਉੱਤਰਾਖੰਡ ਔਰ ਉੱਤਰ ਪ੍ਰਦੇਸ਼। ਔਰ ਇਸਕਾ ਸਗਾ ਭਾਈ ਜੁਣਸਾ ਇਸਕਾ ਨਿਆਰਾ ਹੋ ਲਿਆ, ਉਹ ਪੰਜਾਬ ਇਸਕਾ ਦੌਰੇ ਵਸਣ ਲੈ ਗਿਆ ਸੈ। ਭਾਈ ਉਹ ਇਸਕੇ ਕੁਛ ਪੋਤਰ ਪੋਤੀਆਂ ਨੇ ਇਸਕਾ ਨਾਮ ਸਾਰੇ ਸੰਸਾਰ ਵਿੱਚ ਚਮਕਾ ਰੱਖਿਆ ਸੈ। ਵੇ ਸੈ ਤਾਊ ਦੇ ਬਿਲਾਲ, ਕਪਿਲ ਦੇਵ, ਕਲਪਨਾ ਚਾਵਲਾ, ਸੋਨੂ ਨਿਗਮ, ਬਾਬਾ ਰਾਮਦੇਵ, ਸੁਸ਼ਮਾ ਸਵਰਾਜ, ਸੰਜੇ ਦੱਤ, ਬੰਸੀ ਲਾਲ, ਅਸੁਭਾਸ ਗਈ, ਵਿਜੇਂਦਰ ਸਿੰਘ, ਸੁਸ਼ੀਲ ਕੁਮਾਰ, ਸਰਦਾਰਾ ਸਿੰਘ, ਸਰ ਛੋਟੂ ਰਾਮ, ਮੇਜਰ ਓਸੀਆ ਸਿੰਘ, ਸਾਕਸੀ ਮਲਿਕ ਔਰ ਫੋਗਾਟ ਭੈਣੇ ਤੋਂ ਮਾਨ ਸਪੂਤ ਸੈ ਇਸਕੇ। ਅੱਛਾ ਤੋ ਭਾਈਓ, ਆਪਣੇ ਜਾਣਕਾਰੀ ਕਿਸੀ ਖਿਲਾਕੀ ਬਤਾਈਏ ਜ਼ਰੂਰ, ਔਰ ਆਪਣੇ ਹਰਿਆਣੇ ਕਾ ਧਿਆਨ ਵੀ ਰੱਖਿਓ। ਜੈ ਹਰਿਆਣਾ।